नमस्कार दोस्तों, मैं तुहाडा दोस्त मनु मोड़। दोस्तों, मैनू इंस्टाग्राम ते काफी सवाल देखण नू मिल रहे ने। मेल ते फीमेल कैंडिडेट दोवें पुछ रहे ने कि फिजिकल फिटनेस टेस्ट दोहां वास्ते की रहेगा। ਤਾਂ ਸਭ ਤੋਂ ਪਹਿਲਾਂ ਮੇਲ ਕੈਂਡੀਡੇਟਸ ਦੀ ਗੱਲ ਕਰ ਲੈਂਦੇ ਆਪਾਂ। 100 ਮੀਟਰ ਰਨਿੰਗ ਹੋਵੇਗੀ, 15 ਸਕਿੰਟ ਵਿੱਚ ਆਪਾਂ ਕੰਪਲੀਟ ਕਰਨੀ ਆ। ਇਸ ਤੋਂ ਇਲਾਵਾ ਸ਼ੋਰਟ ਪੁੱਟ 7.5 ਕਿਲੋ ਦਾ ਮੰਨ ਕੇ ਚੱਲੋ, ਮਤਲਬ 16 ਪਾਉਂਡ ਦਾ ਜਿਹੜਾ ਗੋਲਾ ਹੋਵੇਗਾ ਉਹ 5.50 ਮੀਟਰ ਆਪਾਂ ਦੂਰ ਸੁੱਟਣਾ ਹੈ, ਅਤੇ ਇਸਦੇ ਆਪਾਂ ਨੂੰ 3 ਚਾਂਸ ਮਿਲਣਗੇ। ਇਸ ਤੋਂ ਇਲਾਵਾ ਰੋਪ ਕਲਾਈਮਿੰਗ ਹੋਵੇਗੀ, 15 ਫਿੱਟ ਆਪਾਂ ਰੋਪ ਕਲਾਈਮਿੰਗ ਕਰਨੀ ਹੈ। ਦੋਸਤੋ, ਇਹ ਜ਼ਮੀਨ ਤੋਂ ਲੈ ਕੇ ਉੱਪਰ ਤੱਕ 15 ਫੁੱਟ ਹੋਵੇਗਾ ਪੂਰਾ, ਅਤੇ ਇਸਦੇ ਆਪਾਂ ਨੂੰ 3 ਚਾਂਸ ਮਿਲਣਗੇ। ਹੁਣ ਇਸ ਤੋਂ ਬਾਅਦ ਕਾਫੀ ਕੈਂਡੀਡੇਟ ਨੂੰ ਇਹ ਦਿੱਕਤ ਆ ਰਹੀ ਹੈ, ਸਰ ਅਸੀਂ ਪ੍ਰੈਕਟਿਸ ਕਿੱਥੇ ਕਰੀਏ, ਸਾਡੇ ਕੋਲ ਨਾ ਤਾਂ ਸ਼ੋਰਟ ਪੁੱਟ ਹੈ ਨਾ ਰੋਪ ਕਲਾਈਮਿੰਗ। ਇਸਦਾ ਸਲੂਸ਼ਨ ਇਹ ਹੈ ਦੋਸਤੋ, 4-5 ਜਣੇ ਤੁਸੀਂ ਪੈਸੇ ਪਾ ਕੇ ਆਪਦਾ ਸ਼ੋਰਟ ਪੁੱਟ ਖਰੀਦ ਲਓ ਅਤੇ ਆਪਦੀ ਇੱਕ ਰੋਪ ਖਰੀਦ ਲਓ, 15 ਫੁੱਟ ਦੀ ਹਾਈਟ ਹੋਵੇ ਜਿਸਦੀ, ਐਂਡ ਕਿਤੇ ਵੀ ਕਿਸੇ ਵੀ ਗਰਾਊਂਡ ਵਿੱਚ ਜਾਂ ਕੋਈ ਬਾਗਲ ਹੋਵੇਗਾ ਤੁਹਾਡੇ ਕੋਲ ਖਾਲੀ, ਉੱਥੇ ਇਸ ਨੂੰ ਲਟਕਾ ਕੇ ਆਪਦੀ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਦੇਖੋ ਦੋਸਤੋ, ਜੇ ਤੁਸੀਂ ਕੋਸ਼ਿਸ਼ ਹੀ ਨਹੀਂ ਕਰੋਗੇ ਤਾਂ ਤੁਹਾਡੀ ਸਿਲੈਕਸ਼ਨ ਕਿਵੇਂ ਹੋਵੇਗੀ? ਹੁਣ ਗੱਲ ਕੀ ਹੁੰਦੀ ਹੈ, ਸਿਲੈਕਸ਼ਨ ਕਿਸ ਨੂੰ ਮਿਲਦੀ ਹੈ? ਜਿਵੇਂ ਹੁਣ ਮੈਨੂੰ ਭੁੱਖ ਹੈ ਕਿਸੇ ਚੀਜ਼ ਦੀ, ਤਾਂ ਮੈਂ ਉਸ ਰੋਟੀ ਕੋਲੇ ਜਾਵਾਂਗਾ ਅਤੇ ਰੋਟੀ ਚੱਕਾਂਗਾ ਅਤੇ ਖਾਵਾਂਗਾ, ਫਿਰ ਮੇਰਾ ਢਿੱਡ ਭਰੂਗਾ। ਹੁਣ ਜਿਸ ਵੀ ਕੈਂਡੀਡੇਟ ਵਿੱਚ ਇਹ ਭੁੱਖ ਹੈ ਕਿ ਹਾਂ ਮੈਂ ਇਹ ਭਰਤੀ ਕੁਆਲੀਫਾਈ ਕਰਨੀ ਹੈ, ਤਾਂ ਉਹ ਪੱਕਾ 100% ਆਪਦੀ ਪੂਰੀ ਤਿਆਰੀ ਕਰੇਗਾ, ਜਿੰਨੀ ਮਰਜ਼ੀ ਜੁਗਾੜ ਲਾ ਕੇ ਤਿਆਰੀ ਯਾਨੀ ਪ੍ਰੈਕਟਿਸ ਕਰਨੀ ਪੈ ਜੇ ਉਹ ਕਰੇਗਾ ਜ਼ਰੂਰ। 50% ਜਿਹੜੀ ਪ੍ਰੋਬਲਮ ਹੈ ਉਹ ਮੈਂ ਆਪਣੇ ਚੈਨਲ 'ਤੇ ਤੁਹਾਡੀ ਸੋਲਵ ਕਰ ਦਿੰਦਾ, ਜਿਵੇਂ ਕਿ ਸ਼ੋਰਟ ਪੁੱਟ ਅਤੇ ਰੋਪ ਕਲਾਈਮਿੰਗ ਦੀ ਟੈਂਸ਼ਨ ਸੀ। ਸਰ, ਸਾਨੂੰ ਪ੍ਰੈਕਟਿਸ ਲਈ ਨਾ ਤਾਂ ਗਰਾਊਂਡ ਮਿਲ ਰਿਹਾ, ਨਾ ਸ਼ੋਰਟ ਪੁੱਟ ਮਿਲ ਰਿਹਾ, ਨਾ ਰੋਪ ਮਿਲ ਰਿਹਾ, ਤਾਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਓ, ਮੈਂ ਸ਼ੋਰਟ ਪੁੱਟ ਦਾ ਵੀ ਲਿੰਕ ਦੇ ਦਿੱਤਾ ਹੈ ਅਤੇ ਰੋਪ ਦਾ ਵੀ। ਹੁਣ ਜਿਵੇਂ ਹੀ ਲਿੰਕ 'ਤੇ ਕਲਿੱਕ ਕਰੋਗੇ ਇਹ ਤੁਹਾਨੂੰ ਐਮਾਜ਼ੋਨ 'ਤੇ ਲੈ ਜਾਵੇਗਾ, ਉਸ 'ਤੇ ਜਾ ਕੇ ਤੁਸੀਂ ਆਰਡਰ ਕਰੋ। ਥੋੜ੍ਹਾ ਜਿਹਾ ਕੋਸਟਲੀ ਹੈ, 3-4 ਜਣੇ ਇਕੱਠੇ ਹੋ ਕੇ ਪੈਸੇ ਪਾ ਕੇ ਇਸ ਨੂੰ ਮੰਗਵਾ ਲਓ ਅਤੇ ਆਪਣੀ ਪ੍ਰੈਕਟਿਸ ਸਟਾਰਟ ਕਰ ਦਿਓ। ਦੇਖੋ ਦੋਸਤੋ, ਤੁਹਾਡੀ ਤਿਆਰੀ ਵਾਸਤੇ ਕਾਫੀ ਯੂਟਿਊਬਰਾਂ ਨੇ ਕਾਫੀ ਜ਼ੋਰ ਲਾਤਾ ਹੋਇਆ, ਜਿਵੇਂ ਕਿ ਮੈਂ ਕਲਾਸਿਸ ਵੀ ਆਲਰੇਡੀ ਤੁਹਾਨੂੰ ਪ੍ਰੋਵਾਈਡ ਕਰਵਾਤੀ ਹੈ ਅਤੇ ਹਰ ਅਪਡੇਟ ਤੁਹਾਨੂੰ ਟਾਈਮ ਟੂ ਟਾਈਮ ਮੈਂ ਦਿੰਦਾ ਰਹਿੰਦਾ। ਤਾਂ ਹੁਣ ਤੁਹਾਡਾ ਫਰਜ਼ ਕੀ ਬਣਦਾ, ਇਹਨਾਂ ਦੀ ਗੱਲਾਂ 'ਤੇ ਗੌਰ ਕਰੀਏ ਅਤੇ ਆਪਣੀ ਤਿਆਰੀ ਨੂੰ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰਦੇ ਰਹੀਏ। ਚਲੋ ਦੋਸਤੋ, ਇਹ ਤਾਂ ਮੈਨੂੰ ਭਾਸ਼ਣ ਦੇਣ ਦੀ ਆਦਤ ਹੈ, ਫ੍ਰੀ ਦਾ ਭਾਸ਼ਣ ਮੈਂ ਦਿੰਦਾ ਰਹਿੰਦਾ। ਜੇ ਤੁਸੀਂ ਸੁਣਨਾ ਚਾਹੁੰਦੇ ਹੋ ਇਸ ਤਰ੍ਹਾਂ ਦੇ ਭਾਸ਼ਣ, ਤਾਂ ਇਹ ਮੇਰਾ ਇੰਸਟਾਗ੍ਰਾਮ ਆਈਡੀ ਨੰਬਰ ਹੈ, ਇਸ 'ਤੇ ਮੈਨੂੰ ਫੋਲੋ ਕਰਕੇ ਪੂਰੀ ਜਾਣਕਾਰੀ ਵੀ ਲੈ ਸਕਦੇ ਹੋ ਐਂਡ ਫਾਲਤੂ ਦਾ ਗਿਆਨ ਵੀ ਤੁਸੀਂ ਲੈ ਸਕਦੇ ਹੋ। ਅਤੇ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਫੀਮੇਲ ਕੈਂਡੀਡੇਟ ਵਾਸਤੇ ਫਿਜੀਕਲ ਫਿਟਨੈਸ ਟੈਸਟ ਕੀ ਰਹੇਗਾ। 100 ਮੀਟਰ ਰਨਿੰਗ ਕਰਨੀ ਹੈ ਤੁਸੀਂ ਵੀ, ਅਤੇ 18.5 ਸੈਕਿੰਡ ਵਿੱਚ ਓਨਲੀ 1 ਚਾਂਸ ਇਸਦਾ ਮਿਲੇਗਾ, ਅਤੇ ਸ਼ੋਰਟ ਪੁੱਟ ਜਿਹੜਾ 5 ਕਿਲੋ 44 ਗ੍ਰਾਮ ਦਾ ਹੋਵੇਗਾ, ਠੀਕ ਹੈ, 12 ਪਾਉਂਡ ਦਾ ਮਤਲਬ ਇਹ ਮੰਨ ਲਓ, ਅਤੇ ਤੁਸੀਂ ਇਹ 4 ਮੀਟਰ ਦੂਰ ਸੁੱਟਣਾ ਹੈ ਅਤੇ 3 ਚਾਂਸ ਤੁਹਾਨੂੰ ਇਸਦੇ ਮਿਲਣਗੇ, ਅਤੇ ਰੋਪ ਕਲਾਈਮਿੰਗ ਜਿਹੜੀ ਉਹ 12 ਫੁੱਟ ਦੀ ਹੋਵੇਗੀ, ਅਤੇ ਇਸ ਦੇ ਵੀ ਤੁਹਾਨੂੰ 3 ਚਾਂਸ ਮਿਲਣਗੇ। ਅਤੇ ਰੋਪ ਕਿਵੇਂ ਲਟਕਾਈ ਜਾਵੇਗੀ ਦੋਸਤੋ, ਜ਼ਮੀਨ ਤੋਂ ਲੈ ਕੇ ਉੱਪਰ ਤੱਕ ਟੋਟਲ 12 ਫੁੱਟ ਹੋਵੇ, ਅਤੇ ਫੀਮੇਲ ਵਾਸਤੇ ਵੀ ਸ਼ੋਰਟ ਪੁੱਟ ਅਤੇ ਰੋਪ ਕਲਾਈਮਿੰਗ ਨੂੰ ਬਾਏ ਕਰਨ ਦਾ ਲਿੰਕ ਮੈਂ ਆਲਰੇਡੀ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ। ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਓ, ਲਿੰਕ 'ਤੇ ਕਲਿੱਕ ਕਰੋ ਅਤੇ ਇਸ ਨੂੰ ਔਨਲਾਈਨ ਐਮਾਜ਼ੋਨ ਤੋਂ ਆਰਡਰ ਕਰ ਲਓ, ਕਿਉਂਕਿ ਇਹ ਮਾਰਕੀਟ ਨਾਲ ਤੁਹਾਨੂੰ ਕਾਫੀ ਘੱਟ ਪ੍ਰਾਈਸ 'ਤੇ ਐਮਾਜ਼ੋਨ 'ਤੇ ਸਾਰੇ ਪ੍ਰੋਡਕਟ ਪ੍ਰੋਵਾਈਡ ਹੋ ਜਾਂਦੇ ਨੇ। ਬਾਕੀ ਸ਼ੋਰਟ ਪੁੱਟ ਐਂਡ ਰੋਪ ਕਲਾਈਮਿੰਗ ਦੀ ਕਿਹੜੀ ਟੈਕਨੀਕਸ ਯੂਜ਼ ਕਰਨੀਆਂ ਭਰਤੀ ਦੌਰਾਨ, ਇਸ ਰਿਲੇਟਡ ਮੈਂ ਪਹਿਲਾਂ 2 ਵੀਡੀਓ ਤੁਹਾਨੂੰ ਪ੍ਰੋਵਾਈਡ ਕਰਵਾ ਚੁੱਕਿਆ ਹਾਂ। ਜੇ ਨਹੀਂ ਦੇਖੀ ਤਾਂ ਵੀਡੀਓ ਦੇ ਐਂਡ ਵਿੱਚ ਤੁਹਾਨੂੰ ਉਹਨਾਂ ਵੀਡੀਓਜ਼ ਦੇ ਲਿੰਕ ਮਿਲ ਜਾਣਗੇ, ਉੱਥੇ ਜਾ ਕੇ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਲਿਓ। ਐਂਡ ਜੇਲ ਵਾਰਡਰ ਅਤੇ ਮੈਟਰੋਨ ਦਾ ਸਿਲੇਬਸ, ਬੁੱਕਸ ਅਤੇ ਕਲਾਸਿਸ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ, ਤਾਂ ਇਹ ਮੇਰਾ ਇੰਸਟਾਗ੍ਰਾਮ ਆਈਡੀ ਨੰਬਰ ਹੈ, ਇਸ 'ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰਕੇ ਪੂਰੀ ਜਾਣਕਾਰੀ ਤੁਸੀਂ ਉੱਥੇ ਲੈ ਸਕਦੇ ਹੋ।